ਸੜਕ ਤੇ ਤੇਜ਼ ਰਫ਼ਤਾਰ ਆਲਟੋ ਕਾਰ ਦਾ ਕਹਿਰ ਨਜ਼ਰ ਆਇਆ ਜਿਸ ਨੇ ਡਿਵਾਈਡਰ ਨੂੰ ਪਾਰ ਕਰਦੇ ਹੋਏ ਇੱਕ ਸਕੂਲ ਦੀ ਵੈਨ ਨੂੰ ਜ਼ੋਰਦਾਰ ਟੱਕਰ ਮਾਰੀ। ਇਸ ਟੱਕਰ ਦੇ ਵਿੱਚ ਸਕੂਲ ਦੀ ਵੈਨ ਚਲਾ ਰਹੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ। ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਦੂਜੀ ਸਾਈਡ ਤੋਂ ਆਲਟੋ ਕਾਰ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਹੈ। ਇਸ ਨੂੰ ਇੱਕ ਮਹਿਲਾ ਚਲਾ ਰਹੀ ਹੁੰਦੀ ਹੈ। ਅਚਾਨਕ ਸੰਤੁਲਨ ਵਿਗੜ ਜਾਂਦਾ ਡਿਵਾਈਡਰ ਨੂੰ ਪਾਰ ਕਰਦੇ ਹੋਏ ਦੂਸਰੀ ਸਾਈਡ ਚਲੀ ਜਾਂਦੀ ਹੈ ਔਰ ਉਧਰੋਂ ਆ ਰਹੀ ਸਕੂਲ ਦੀ ਵੈਨ ਦੇ ਨਾਲ ਇਸਦੀ ਜ਼ੋਰਦਾਰ ਟੱਕਰ ਹੋਈ ਔਰ ਇਸ ਟੱਕਰ ਦੇ ਵਿੱਚ ਵੈਨ ਦੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ। ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਮਹਿਲਾ ਆਲਟੋ ਕਾਰ ਨੂੰ ਚਲਾ ਰਹੀ ਸੀ। ਦੱਸਿਆ ਜਾ ਰਿਹਾ ਕਿ ਉਹ ਹਾਲੇ ਕਾਰ ਚਲਾਉਣੀ ਸਿੱਖ ਰਹੀ ਸੀ। ਉਸਦਾ ਪਤੀ ਨਾਲ ਦੀ ਸੀਟ ਤੇ ਬੈਠਾ ਹੋਇਆ ਸੀ। ਅਚਾਨਕ ਕਾਰ ਆਊਟ ਆਫ ਕੰਟਰੋਲ ਹੋ ਗਈ ਔਰ ਦੂਜੀ ਸਾਈਡ ਜਾ ਕੇ ਵੈਨ ਦੇ ਵਿੱਚ ਵੱਜੀ ਔਰ ਵੈਨ ਦੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ। ਫਿਰੋਜ਼ਪੁਰ ਦੇ ਗੁਰੂ ਹਰਸਹਾਏ ਦੇ ਵਿੱਚ ਤੇਜ਼ ਰਫ਼ਤਾਰ ਕਾਰ ਨੇ ਸਕੂਲ ਵੈਨ ਨੂੰ ਜ਼ੋਰਦਾਰ ਟੱਕਰ ਮਾਰੀ ਹੈ। ਡਿਵਾਈਡਰ ਨੂੰ ਪਾਰ ਕਰਕੇ ਸਕੂਲ ਵੈਨ ਨੂੰ ਜ਼ੋਰਦਾਰ ਟੱਕਰ ਮਾਰੀ। ਹਾਦਸੇ ਦੇ ਵਿੱਚ ਵੈਨ ਦੇ ਡਰਾਈਵਰ ਦੀ ਮੌਤ ਹੋ ਗਈ। ਹਾਦਸੇ ਵੇਲੇ ਸਕੂਲ ਵੈਨ ਦੇ ਵਿੱਚ ਬੱਚੇ ਮੌਜੂਦ ਨਹੀਂ ਸਨ। ਘਟਨਾ ਮੌਕੇ ਕਾਰ ਨੂੰ ਮਹਿਲਾ ਚਲਾ ਰਹੀ ਸੀ। ਮ੍ਰਿਤਕ ਦੇ ਪਰਿਵਾਰ ਦੇ ਵੱਲੋਂ ਕਾਰ ਚਾਲਕ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਤਾਂ ਆਲਟੋ ਕਾਰ ਦਾ ਕਹਿਰ ਸਾਫ਼ ਤੌਰ ਤੇ ਨਜ਼ਰ ਆਇਆ। ਉਹ ਮਹਿਲਾ ਜੋ ਹਾਲੇ ਕਾਰ ਚਲਾਉਣੀ ਸਿੱਖ ਰਹੀ ਸੀ, ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀ, ਨਾਲ ਦੀ ਸੀਟ ਤੇ ਉਸਦਾ ਪਤੀ ਬੈਠਾ ਸੀ। ਤਾਂ ਅਚਾਨਕ ਸੰਤੁਲਨ ਵਿਗੜ ਗਿਆ। ਡਿਵਾਈਡਰ ਨੂੰ ਪਾਰ ਕਰਦੇ ਹੋਏ ਸਕੂਲੀ ਵੈਨ ਦੇ ਵਿੱਚ ਜ਼ੋਰਦਾਰ ਟੱਕਰ ਮਾਰੀ ਔਰ ਮੌਕੇ ਤੇ ਹੀ ਵੈਨ ਦੇ ਡਰਾਈਵਰ ਦੀ ਮੌਤ ਹੋ ਗਈ। ਜਿਸ ਦੀ ਮੌਤ ਹੋਈ ਉਹ 6 ਸਾਲ ਦੇ ਬੱਚੇ ਦਾ ਪਿਤਾ ਸੀ ਔਰ ਸਾਰਾ ਘਰ ਉਸਦੇ ਸਿਰ ਤੇ ਹੀ ਚੱਲਦਾ ਸੀ। ਤਾਂ ਪੀੜਤਾਂ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ। ਪਿੰਡ ਮੋਹਨਕੇਠਾੜ ਹੈ। ਮੋਹਨਕੇਠਾੜ ਤੋਂ ਇਹ ਜਿਹੜਾ ਲੜਕਾ ਰਿੰਕੂ ਹੈ, ਸਕੂਲ ਵੈਨ ਦੇ ਬੱਚੇ ਲੈ ਕੇ ਜਾਂਦਾ ਲਿਟਲ ਫਲਾਵਰ ਸਕੂਲ ਦੇ ਵਿੱਚ, ਔਰ ਸੁਬਾਹ 7:30 ਵਜੇ ਬੱਚੇ ਜਿਹੜੇ ਵੱਡੇ ਹੈ ਇੱਕ ਗੇੜਾ ਪਹਿਲਾਂ ਲੈ ਕੇ ਜਾਂਦੇ ਆ, ਛੋਟੇ ਬੱਚਿਆਂ ਨੂੰ ਬਾਅਦ ਦੇ ਵਿੱਚ ਲੈ ਕੇ ਜਾਂਦੇ ਆ। ਅਤੇ ਤਕਰੀਬਨ 7:30 ਵਜੇ ਜਦੋਂ ਵਾਪਸੀ ਆ ਰਹੇ ਸੀ ਸਕੂਲ ਦੇ ਵਿੱਚ ਬੱਚੇ ਵੱਡੇ ਛੱਡਣ ਤੋਂ ਬਾਅਦ, ਤਾਂ ਇੱਕ ਲੜਕੀ ਹੈ ਜਿਹੜੀ ਆਲਟੋ ਕਾਰ ਦੇ ਉੱਪਰ ਡਰਾਈਵਰੀ ਸਿੱਖ ਰਹੀ ਸੀ, ਉਹ ਮੋਹਣ ਕੇ ਉਤਾੜ ਪਿੰਡ ਦੇ ਕੋਲ, ਜਿਵੇਂ ਕਿ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੈ, ਉਹਦੇ ਨਾਲ ਘਰ ਵਾਲਾ ਸੀ। ਕੁੜੀ ਦਾ ਨਾਂ ਸੁਨੀਤਾ ਰਾਣੀ ਹੈ ਔਰ ਉਹਦੇ ਘਰ ਵਾਲੇ ਦਾ ਨਾਂ ਜਿਹੜਾ ਉਹ ਪਵਨਦੀਪ ਹੈ। ਬਹਾਦਰ ਕੇ ਦੀ ਉਹ ਲੜਕੀ ਹੈ, ਛੋਟੀ ਪਿੰਡੀ ਉਹ ਕੁੜੀ ਵਿਆਹੀ ਹੋਈ ਹੈ। ਉਸ ਲੜਕੀ ਦੀ ਗਲਤੀ ਦੇ ਕਾਰਨ ਉਹਨਾਂ ਨੇ ਜਿਹੜੀ ਉਹ ਕਾਰ ਹੈ ਡਿਵਾਈਡਰਾਂ ਦੇ ਉੱਪਰੋਂ ਦੀ ਚੜਾ ਕੇ ਸਿੱਧਾ ਜਿਹੜੀ ਹੈ ਵੈਨ ਦੇ ਵਿੱਚ ਮਾਰੀ ਹੈ, ਅਤੇ ਵੈਨ ਦੇ ਵਿੱਚ ਡਾਇਰੈਕਟ ਹਿੱਟ ਹੋਣ ਕਾਰਨ ਜਿਹੜਾ ਮੌਕੇ 'ਤੇ ਹੀ ਰਿੰਕੂ ਸੀਗਾ ਲੜਕਾ, ਉਹ ਮੌਕੇ 'ਤੇ ਖਤਮ ਹੋ ਗਿਆ। ਸੀਸੀਟੀਵੀ ਵੀ ਸਾਹਮਣੇ ਆਈ ਹੈਗੀ ਹੈ? ਬਿਲਕੁਲ ਬਿਲਕੁਲ ਹੈ ਜੀ, ਸਭ ਤੁਹਾਡੇ ਸਾਹਮਣੇ ਹੈ। ਸੀਸੀਟੀਵੀ ਦੇ ਵਿੱਚ ਵੀ ਹੈ, ਹੋਰ ਵੀਡੀਓ ਬਣੀਆਂ ਹੋਈਆਂ, ਲੜਕੀ ਜਿਹੜੀ ਡਰਾਈਵਰੀ ਕਰਦੇ ਦੀ ਉਹ ਵੀ ਵੀਡੀਓ ਹੈਗੀ ਹੈ। ਅਤੇ ਕਿੰਨੀ ਸਾਲ ਉਮਰ ਸੀਗੀ ਤੁਹਾਡੇ ਬ੍ਰਦਰ ਦੀ, ਉਹ ਕੀ ਉਹਨਾਂ ਦਾ ਨਾਮ ਸੀਗਾ, ਉਹਨਾਂ ਦਾ ਵਿਆਹ ਹੋਇਆ ਸੀਗਾ? ਬਿਲਕੁਲ ਜੀ, ਦੇਖੋ ਰਿੰਕੂ ਮਹਿਜ 31 ਤੋਂ 32 ਕੁ ਸਾਲ ਦੀ ਉਮਰ ਹੋਏਗੀ, 6.5-7 ਸਾਲ ਦਾ ਛੋਟਾ ਬੱਚਾ ਹੈ, ਵੈਨ ਚਲਾ ਕੇ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਕਰਦਾ ਹੈ, ਗਰੀਬ ਪਰਿਵਾਰ ਦੇ ਵਿੱਚੋਂ ਬਿਲੋਂਗ ਕਰਦਾ, ਇੱਕ ਵੈਨ ਹੀ ਸੀ ਜਿਹਦੇ ਨਾਲ ਉਹਦੇ ਘਰ ਦੀ ਰੋਜ਼ੀ ਰੋਟੀ ਚੱਲਦੀ ਸੀ, ਅਤੇ ਅੱਜ ਉਹ ਪਰਿਵਾਰ ਦਾ ਡਿਵਾ ਬੁੱਝ ਗਿਆ ਜੀ, ਅਤੇ ਉਹਨਾਂ ਦਾ ਛੋਟਾ ਬੱਚਾ ਹੈ, ਪਤਾ ਨਹੀਂ ਉਸ ਬੱਚੇ ਦਾ ਰੱਬ ਰੱਖਿਆ ਜੀ। ਕੀ ਮੰਗ ਕਰਦੇ ਜੀ? ਮੰਗ ਦੇਖੋ ਜੀ, ਪ੍ਰਸ਼ਾਸਨ ਨੂੰ ਅਸੀਂ ਧਰਨਾ ਵੀ ਦਿੱਤਾ ਸੀ ਸੁਬਾਹ ਪਹਿਲਾਂ, 1 ਘੰਟਾ ਬੈਠਣ ਦੇ ਬਾਵਜੂਦ ਵੀ ਜਦੋਂ ਪ੍ਰਸ਼ਾਸਨ ਨਹੀਂ ਆਇਆ ਸਾਨੂੰ ਫਿਰ ਧਰਨਾ ਦੇਣਾ ਪਿਆ। ਉਸ ਤੋਂ ਬਾਅਦ ਇੱਕ ਏ ਐੱਸ ਆਈ ਨੇ, ਫਿਰ DSP ਅਤੁਲ ਸੋਨੀ ਜੀ ਨੇ, ਉਹਨਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਸੀ ਅਸੀਂ ਪਰਚਾ ਦੇ ਦਿੰਦੇ ਹਾਂ,
ਅਤੇ ਪਰਚਾ ਦੇਣਾ ਬਣਦਾ ਵੀ ਹੈ ਜੀ, ਸਾਰੀ ਵੀਡੀਓ ਸਾਹਮਣੇ ਆਉਣ ਦੇ ਬਾਵਜੂਦ ਵੀ ਜੇ ਕੋਈ ਬਚਾਅ ਕਰਦਾ ਉਹਨਾਂ ਦਾ ਤਾਂ ਗਲਤ ਹੈ ਜੀ, ਬਿਲਕੁਲ ਗਲਤ ਹੈ। ਕੀ ਨਾਮ ਹੈ ਤੁਹਾਡਾ ਪੂਰਾ? ਮੇਰਾ ਨਾਮ ਰੋਬਿਨ ਥਿੰਦ ਹੈ ਜੀ, ਮੋਨਕੇ ਠਾੜੀ ਮੇਰਾ ਪਿੰਡ ਹੈ। ਮੇਰੇ ਜਿਹੜੇ ਬਿਟੀਆ ਹੈ ਉਹ ਇਹੀ ਵੈਨ 'ਤੇ ਜਦੋਂ ਇਹ ਵੱਡੇ ਬੱਚਿਆਂ ਨੂੰ ਛੱਡ ਕੇ ਵਾਪਸ ਆ ਰਹੇ ਸੀ ਤਾਂ ਮੇਰੀ ਗੁੱਡੂ ਤਿਆਰ ਹੋ ਕੇ ਬੈਠੀ ਸੀ, ਇਸੇ ਹੀ ਵੈਨ 'ਤੇ ਉਹਨਾਂ ਨੇ ਸਕੂਲ ਜਾਣਾ ਸੀਗਾ ਜੀ। ਤੁਹਾਡੇ ਕੀ ਲੱਗਦੇ ਸੀਗੇ? ਮੇਰੇ ਕਜ਼ਨ ਹੈ ਜੀ, ਭਰਾ ਹੈ।